ਯਾਰ ਤੇਰੇ ਨਾਲ ਬੇਸ਼ੁਮਾਰ ਟਾਈਮ ਪਾਸ ਨੀ ਉਹ ਦੇਖ ਮੇਰੀ ਅੱਖਾਂ ਤੈਨੂੰ ਕੀ ਦੱਸਾਂ ਤੇਰੇ ਬਾਰੇ ਨੀ ਤੇਰੇ ਪਿੱਛੇ ਗੇੜੇ ਮਾਰੇ ਨੀ ਮੇਰਾ ਦਿਲ ਤੇ ਚੱਲਦਾ ਜ਼ੋਰ ਨੀ ਕੀ ਕਰਾਂ Hey guys, welcome back to our channel. ਕੀ ਹਾਲ ਚਾਲ ਸਾਰੇ ਹੋ ਕੇ ਡੂਇੰਗ ਵੈਲ ਵਿਨਿੰਗ ਸਪੀਚ ਇੱਕ ਸਰਪ੍ਰਾਈਜ਼ ਡਰੋਪ ਹੋ ਚੁੱਕਿਆ ਕਰਨ ਔਜਲਾ ਦੇ ਓਫੀਸ਼ੀਅਲ ਚੈਨਲ ਤੋਂ ਅਤੇ ਭਾਈ ਨੇ ਬਿਲਕੁਲ ਹੀ ਸਾਇਲੈਂਟ ਡਰੋਪ ਕੀਤਾ ਹੈ ਬਸ ਕੱਲ੍ਹ ਨੂੰ ਇੱਕ ਅਨਾਊਂਸਮੈਂਟ ਕੀਤੀ ਕਿ ਗਾਣਾ ਆ ਰਿਹਾ ਆ ਅਤੇ ਬੰਦੇ ਨੇ ਬਹੁਤ ਇਮੋਸ਼ਨਲ ਇੱਕ ਵੀਡੀਓ ਸਕਿੱਟ ਟਾਈਪ ਪਾਈ ਹੋਈ ਆਪਣੇ ਇੰਸਟਾਗ੍ਰਾਮ 'ਤੇ ਕਿ ਹਾਂ ਮਤਲਬ ਇੱਕ ਲਾਈਨ ਲਿਖੀ ਸੀ ਬੈਠਾ ਡਬਲ ਆਰ ਵਿੱਚ ਪਾ ਕੇ ਬਾਪੂ ਦੀ ਕਮੀਜ਼ ਮੇਰੇ ਖਿਆਲ ਨਾਲ ਗਾਣੇ ਦੀ ਲਾਈਨ ਆ ਕੋਈ ਅਤੇ ਚੈੱਕ ਕਰਾਂਗੇ ਗਾਣਾ ਤੁਹਾਡੇ ਨਾਲ ਅਤੇ ਇੱਕ ਪ੍ਰਾਊਡ ਜੀ ਫੀਲਿੰਗ ਹੁੰਦੀ ਹੈ ਠੀਕ ਆ ਮਾਂ ਬਾਪ ਦੇ ਲਈ ਅਤੇ ਬੰਦੇ ਨੇ ਆਪਣੇ ਮਾਂ ਬਾਪ ਗਵਾਏ ਆ ਅਤੇ ਬੜਾ ਇੱਕ ਅੰਦਰੋਂ ਦੁੱਖ ਇਮੋਸ਼ਨਲ ਜਿਹਾ ਹੋ ਗਿਆ ਮੈਂ ਵੀਡੀਓ ਨੂੰ ਦੇਖ ਕੇ ਉਹ ਅਤੇ ਬਸ ਹੋਰ ਕੁਛ ਨਹੀਂ ਆਪਾਂ ਵੀਡੀਓ ਚੈੱਕ ਕਰਦੇ ਗਾਣੇ ਦੀ ਵਿਨਿੰਗ ਸਪੀਚ ਆਇਆ ਪਿਆ ਗਾਣੇ ਦਾ ਨਾਮ ਆ ਪੂਰਾ ਵਿਨਿੰਗ ਸਪੀਚ ਮਿਊਜ਼ਿਕ ਵੀਡੀਓ ਨਾਲ ਆਇਆ ਪਿਆ ਮਰਸੀ ਦਾ ਮਿਊਜ਼ਿਕ ਅਤੇ ਚੈੱਕ ਕਰਦੇ ਹਾਂ ਵੀਡੀਓ ਡਾਇਰੈਕਟਰ ਕਰਨ ਮੱਲੀ ਬਾਈ ਬਹੁਤ ਸੋਹਣੀ ਵੀਡੀਓ ਬਣਾਉਂਦਾ ਬਾਈ ਅਤੇ ਆਪਣਾ ਠੀਕ ਆ ਸਿੰਗਲ ਰੀਸ ਕੰਪੋਜ਼ਰ ਔਲ ਡਨ ਬਾਈ ਕਰਨ ਔਜਲਾ ਚੈੱਕ ਕਰਦੇ ਹਾਂ ਬਿਨਾਂ ਕੋਈ ਬਕਵਾਸ ਕੀਤੇ ਅਤੇ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਮਤਲਬ ਕਰਨ ਔਜਲਾ ਨੂੰ ਬਹੁਤ ਜ਼ਿਆਦਾ ਪੋਕ ਕੀਤਾ ਜਾ ਰਿਹਾ ਆ ਕਿਤੇ ਨਾ ਕਿਤੇ ਮਤਲਬ ਹੇਟ ਦਿੱਤੀ ਜਾ ਰਹੀ ਹੈ ਕਿ ਬੰਦਾ ਇੱਦਾਂ ਹੈ ਹਨਾ ਫੂਕਰਾ ਜਿੱਦਾਂ ਕਿ ਗੋਈ ਨਾ ਉਹ ਗਾਣੇ ਵਿੱਚ ਰਿਪਲਾਈ ਕੀਤਾ ਗਿਆ ਸੀਗਾ ਇਨਡਾਇਰੈਕਟਲੀ ਵੀ ਕਹਿ ਸਕਦੇ ਹਾਂ ਫਿਰ ਡਾਇਰੈਕਟਲੀ ਕੀਤਾ ਹੋਇਆ ਠੀਕ ਆ ਅਤੇ ਗੋਈ ਨਾ ਵਿੱਚ ਵੀ ਹੇਟਰਸ ਨੂੰ ਰਿਪਲਾਈ ਸੀਗਾ ਮੇਰੇ ਖਿਆਲ ਨਾਲ ਇਸ ਗਾਣੇ ਵਿੱਚ ਵੀ ਮਤਲਬ ਭਾਈ ਨੇ ਕਿਸੇ ਨੂੰ ਰਿਪਲਾਈ ਦਿੱਤਾ ਹੋਇਆ ਬਾਕੀ ਆਪਾਂ ਚੈੱਕ ਕਰਾਂਗੇ ਪੂਰਾ ਗਾਣਾ ਸੁਣ ਕੇ ਜੇ ਤੁਸੀਂ ਨਵੇਂ ਆਏ ਚੈਨਲ 'ਤੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਟਾਰਟਿੰਗ ਤੁਸੀਂ ਸਨਿਪਟ ਦੇਖਿਆ ਹੋਣਾ ਤੁਹਾਡੇ ਭਰਾ ਦੇ ਗਾਣੇ ਦਾ ਇੱਕ ਵਾਰ ਜਾ ਕੇ ਜ਼ਰੂਰ ਸੁਣਿਓ ਜੇ ਥੋੜ੍ਹਾ ਟਾਈਮ ਮਿਲੇ ਠੀਕ ਹੈ ਆਓ ਚੈੱਕ ਕਰਦੇ ਵਿਨਿੰਗ ਸਪੇਸ ਮਿਊਜ਼ਿਕ ਵੀਡੀਓ ਹੇਅਰ ਵੀ ਗੋ ਸ਼ੋ ਮਰਸੀ ਔਨ ਇਟ ਮਿਊਜ਼ਿਕ ਇੱਦਾਂ ਦਾ ਕੁਝ ਲੱਗ ਰਿਹਾ ਜਿੱਦਾਂ ਸਟੋਰੀ ਟੈਲਿੰਗ ਹੋਣ ਜਾ ਰਹੀ ਹੈ ਸ਼ੋ ਮਰਸੀ ਔਨ ਇਟ ਦੋ ਦੋ ਘੋੜੇ ਮਹਿਗਨਾ ਨੀ ਚਾਰ ਜੀ ਵਹਿਗਨਾ ਨੀ ਉੱਤੇ ਨੂੰ ਮੈਂ ਛੇ ਛੇ ਇੰਚ ਚੱਕੀਆਂ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਦੋ ਜੀ ਵਹਿਗਨਾ ਨੀ ਛੇ ਛੇ ਉੱਤੇ ਛੇ ਛੇ ਇੰਚ ਉੱਤੇ ਉੱਤੇ ਨੂੰ ਮੈਂ ਛੇ ਛੇ ਦੋ ਦੋ ਘੋੜੇ ਮਹਿਗਨਾ ਨੀ ਚਾਰ ਜੀ ਵਹਿਗਨਾ ਨੀ ਉੱਤੇ ਨੂੰ ਮੈਂ ਛੇ ਛੇ ਇੰਚ ਚੱਕੀਆਂ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ ਇੱਕੀ ਵਾਰੀ ਜ਼ੋਰ ਲਾ ਲੈ ਛੱਤੀਆਂ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ ਇੱਕੀ ਵਾਰੀ ਜ਼ੋਰ ਲਾ ਲੈ ਛੱਤੀ ਬਣ ਕੱਢ ਤਾਰਿਕਾਨੇ ਹੁਣ ਟੁੱਟੇ ਨਾ ਕਰੀਜ ਔੜਾ ਰੁੱਖਿਆ ਸਵਾ ਦੇ ਸਾਨੂੰ ਆਉਂਦੀ ਨੀ ਤਮੀਜ਼ ਆ ਲੈ ਤੈਨੂੰ ਦਿੱਤੀ ਸਾਂਭਲਾ ਨੀ ਬੇਬੇ ਵਾਲੀ ਚੁੰਨੀ ਬੈਠਾ ਡਬਲਾਰ ਵਿੱਚ ਪਾ ਕੇ ਬਾਪੂ ਦੀ ਕਮੀਜ਼ ਵਾਲਾ ਸੱਚੀ ਕਿਆ ਬਾਤ ਹੈ ਭਾਜੀ ਕਿਆ ਬਾਤ ਹੈ ਠੀਕ ਹੈ ਇਹ ਲਾਈਨ ਮੈਨੂੰ ਲੱਗ ਹੀ ਰਹੀ ਸੀ ਗਾਣੇ ਵਿੱਚ ਹੋਊਗੀ ਠੀਕ ਹੈ ਬੈਠਾ ਡਬਲ ਆਰ ਵਿੱਚ ਕਿੰਨੇ ਮਤਲਬ ਇੱਕ ਆਪਣੇ ਆਪ ਵਿੱਚ ਉਹ ਪ੍ਰਾਊਡ ਵਾਲੀ ਗੱਲ ਆ ਕਿ ਬੰਦੇ ਨੇ ਜੋ ਚੀਜ਼ਾਂ ਦੇਖੀਆਂ ਹੁਣ ਸੁਪਨੇ ਡ੍ਰੀਮ ਲਏ ਹੁਣ ਉਸ ਚੀਜ਼ ਦੇ ਅਤੇ ਉਹ ਬੰਦਾ ਹਾਂ ਮੂਵ ਕਰ ਰਿਹਾ ਉਹ ਲਾਈਫ ਸਟਾਈਲ ਦੇ ਵਿੱਚ ਠੀਕ ਹੈ ਅਤੇ ਬਹੁਤ ਵੱਡਾ ਇੱਕ ਪੈਰ ਹੁੰਦਾ ਕਿ ਮਤਲਬ ਬੰਦੇ ਨੇ ਉਸ ਜ਼ਿੰਦਗੀ ਵਿੱਚ ਪੈਰ ਰੱਖ ਲਿਆ ਕਿ ਜਿਹੜੀ ਚੀਜ਼ ਨੂੰ ਉਹਨੇ ਮੈਨੀਫੈਸਟ ਕੀਤਾ ਸੀ ਇੱਕ ਅੰਦਰੋਂ ਸੁਪਨਾ ਦੇਖਿਆ ਸੀ ਉਸ ਚੀਜ਼ ਦਾ ਠੀਕ ਹੈ ਅਤੇ ਬੰਦਾ ਆਪਣੇ ਮਾਂ ਬਾਪ ਨੂੰ ਇੰਨਾ ਪਿਆਰ ਕਰਦਾ ਹੈ ਠੀਕ ਹੈ ਕਿਆ ਬਾਤ ਹੈ ਭਾਜੀ ਯਾਰ ਕਿਆ ਬਾਤ ਹੈ ਭਾਈ ਨੇ ਇੱਕ ਹੋਰ ਗੱਲ ਕਹੀ ਸੀ 35 ਸਾਲ ਪੁਰਾਣੀ ਸ਼ਰਟ ਆ ਉਹ ਠੀਕ ਹੈ ਅਤੇ ਭਾਈ ਕਹਿ ਰਿਹਾ ਕਿ 35 ਸਾਲ ਪੁਰਾਣੀ ਵਾਲੀ ਸ਼ਰਟ ਠੀਕ ਹੈ ਬੈਠਾ ਡਬਲ ਆਰ ਵਿੱਚ ਪਾ ਕੇ ਬਾਪੂ ਦੀ ਕਮੀਜ਼
ਬਾਪੂ ਦੀ ਕਮੀਜ਼ ਬਾਲਾ ਦੂਰ ਨੀ ਰਕਾਨੇ ਹੁਣ ਰਾਂਝਿਆਂ ਨੂੰ ਖੇੜਾ ਬਾਲਾ ਨੇੜੇ ਨੂੰ ਨਾ ਜਾਵਾਂ ਬਸ ਝਾਕਾ ਹੀ ਬੜਾ ਮੇਰਾ ਬਾਲਾ ਰੁਕਾ ਨਾ ਰਕਾਨੇ ਕਿਤੇ ਮਾਰਾ ਇੱਕ ਫੇਰਾ ਨੱਡੀ ਤੋਂ ਬਣ ਖਾ ਕੇ ਦਿੱਤਾ ਇੱਕ ਬਾਰੀ ਗੇੜਾ ਕਿੱਥੇ ਦਵਿਆ ਰਕਾਨੇ ਚੇਂਜ ਕਰਦੇ ਮਹਾਰੀ ਜੁੱਤੀ ਪੈਰਾਂ ਵਿੱਚ ਮਾਵਾਂ ਤੇਰੇ ਪੈਰ ਸੋ ਮੰਗਾ ਕੇ ਤਿੰਨ ਮਹੀਨੇ ਤਿੰਨ ਚੇਂਜ ਨੇ ਲੋਕੇਸ਼ਨ ਆ ਰਕਾਨੇ ਨਿਤ ਯੂ ਸਾਡੇ ਕੋਲੋਂ ਸਿੱਖ ਹੁਣ ਸਾਨੂੰ ਦੇਣ ਮੱਤਾਂ ਸਾਨੂੰ ਕਿੰਨਾ ਕੁਝ ਦੇ ਗਈਆਂ ਨੀ ਮਿੱਟੀ ਦੀਆਂ ਵੱਟਾਂ ਹੁਣ ਲੰਗੇ ਤੇਰਾ ਯਾਰ ਮਾਰ ਕੈਮਰਾ ਫਲੈਸ਼ ਹੁਣ ਖਿੱਚਦੇ ਨੇ ਫੋਟੋ ਕਦੇ ਖਿੱਚਦੇ ਸੀ ਲੱਤਾਂ ਇਹਦੀ ਅੱਖ ਨਾ ਲੱਗੇ ਵੇ ਜੱਦੀ ਮਰੀ ਕਿਆ ਬਾਤ ਹੈ ਯਾਰ ਬਹੁਤ ਵੱਡਾ ਫੈਕਟ ਬੋਲਤਾ ਭਾਈ ਨੇ ਠੀਕ ਆ ਤੇ ਦੁਨੀਆ ਆ ਯਾਰ ਦੁਨੀਆ ਠੀਕ ਆ ਅੱਜ ਕੱਲ੍ਹ ਬਸ ਉਹੀ ਹੁਣ ਸਾਨੂੰ ਚੰਗਾ ਬੋਲ ਰਹੇ ਜਿਹੜੇ ਮਤਲਬ ਕਦੀ ਸਾਡੀ ਲੱਤਾਂ ਖਿੱਚਿਆ ਕਰਦੇ ਸੀਗੇ ਠੀਕ ਹੈ ਇਹ ਤਾਂ ਕੁਛ ਨਹੀਂ ਬਣਨਾ ਇਹ ਐਵੇਂ ਆ ਠੀਕ ਆ ਐਵੇਂ ਤੁਰਿਆ ਫਿਰਦਾ ਫੁੱਦੂ ਬੜਾ ਕੋਈ ਠੀਕ ਹੈ ਇੱਦਾਂ ਹੀ ਆ ਗਿਆ ਆ ਅਤੇ ਬਸ ਇੱਦਾਂ ਹੀ ਚੱਲਣ ਡੀਆਂ ਸੀਗੀਆਂ ਗੱਲਾਂ ਸੋਰੀ ਫੋਰ ਦਾ ਲੈਂਗੁਏਜ ਠੀਕ ਹੈ ਕੁਛ ਇੱਦਾਂ ਲੋਕ ਕਹਿੰਦੇ ਠੀਕ ਹੈ ਇਹ ਲੋਕਾਂ ਉਹਦੇ ਖਿੱਚ ਚੜ ਜਾਂਦੀ ਕਈ ਵੇਲੇ ਗਾਣਾ ਸੁਣ ਕੇ ਜਦੋਂ ਫੈਕਟ ਆਉਂਦੇ ਨਾ ਯਾਰ ਕਿਆ ਬਾਤ ਹੈ ਭਾਜੀ ਬਹੁਤ ਸੋਹਣੀ ਲਾਈਨ ਲੱਗੀ ਕਿ ਮਤਲਬ ਲੋਕ ਲੱਤਾਂ ਖਿੱਚਦੇ ਉਹੀ ਲੋਕ ਜਿਹੜੇ ਤੁਹਾਡੇ ਮਤਲਬ ਖਿਲਾਫ ਖੜੇ ਹੁੰਦੇ ਬਾਅਦ ਵਿੱਚ ਤੁਹਾਡੇ ਹਾਂ ਵੀ ਇਹ ਤਾਂ ਸਾਡੇ ਨਾਲ ਰਿਹਾ ਸੀਗਾ ਇਹ ਤਾਂ ਸਾਡਾ ਯਾਰ ਬਿੱਲੀ ਹੈ ਨਾ ਇੱਦਾਂ ਕੁਛ ਕਹਿਣ ਲੱਗ ਪੈਂਦੇ ਆ ਜਿਹੜੀ ਇੱਕ ਮੀਡੀਆ ਵਾਲੀ ਗੱਲ ਵੀ ਠੀਕ ਆ ਕਿ ਮੀਡੀਆ ਵਾਲੀ ਗੱਲ ਵੀ ਰਿਲੇਟ ਹੁੰਦੀ ਹੈ ਇਸ ਤੋਂ ਕਿ ਮੀਡੀਆ ਵੀ ਕਈ ਕੁਛ ਬਣਾ ਦਿੰਦੀ ਆ ਕਦੀ ਇੰਟਰਨੈਟ ਤੇ ਆਹ ਹੋ ਰਿਹਾ ਉਹ ਹੋ ਰਿਹਾ ਠੀਕ ਹੈ ਬਹੁਤ ਟੌਕਸੀਸਿਟੀ ਆ ਇੰਟਰਨੈਟ ਤੇ ਆਹੀ ਸਭ ਚੱਲਣ ਡਿਆ ਠੀਕ ਹੈ ਹੁਣ ਅੱਜ ਕੱਲ੍ਹ ਫਲੈਸ਼ ਮਾਰ ਕੇ ਮਤਲਬ ਅੱਜ ਕੱਲ੍ਹ ਫੋਟੋਆਂ ਖਿੱਚਣ ਡੇ ਕਦੀ ਲੱਤਾਂ ਖਿੱਚਦੇ ਹੁੰਦੇ ਸੀ ਪੀਂਦੇ ਮੋਟਰਾਂ ਦੇ ਜਾਂ ਪੱਟੂ ਕਾੜ ਕੇ ਰਕਾਨੇ ਤੇਰੇ ਫੁੱਲਾਂ ਦੇ ਮਰੇ ਨੇ ਮੈਂ ਵੀ ਇੱਕ ਐਮ ਲਾਤਾ ਹਲੇ ਨਵੀਆਂ ਫਰਾਰੀ ਜੁੱਤੀ ਝਾੜ ਕੇ ਰਕਾਨੇ ਦਿਲ ਤੋੜਦੇ ਮੈਂ ਸ਼ੀਸ਼ੇ ਸਾਕ ਮੋੜ ਤੇ ਕਤਾਰਾਂ ਵਿੱਚ 18 ਹੋਰ ਪੱਕੀਆਂ ਦੂਰੋਂ ਮੱਥਾ ਟੇਕਦੀਆਂ ਮੁੜ ਮੁੜ ਦੇਖਦੀਆਂ ਅਸੀਂ ਨਹੀਂ ਉਹ ਇੱਕ ਵਾਰੀ ਤੱਕੀਆਂ ਇੱਕੋ ਨਾਰਦਾ ਮੈਂ 10 ਵਾਰੀ ਬਾਹਰਦਾ ਮੈਂ ਉਹਦੇ ਉੱਤੋਂ 100-100 ਦੀਆਂ ਗੱਤੀਆਂ ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ ਇੱਕੀ ਵਾਰੀ ਜ਼ੋਰ ਲਾ ਲੈ ਛੱਤੀਆਂ ਉਹ ਕੁੜੀ ਚੱਟ ਦੀ ਫਰੈਗ ਰਹਿਣ ਸਕੂਰ ਤੋਂ ਪਛਾਣੇ ਅਸੀਂ ਆਸ਼ਕੀ ਚ ਨਵੇਂ ਨੀ ਸ਼ਿਕਾਰੀਆਂ ਪੁਰਾਣੇ ਘਰ ਸੁੱਕਦਾ ਕਹਿੰਦੀ ਤੂੰ ਜਦੋਂ ਕੀ ਬਾਤ ਹੈ ਯਾਰ ਤੇ ਇੱਕ ਗੱਲ ਹੋਰ ਕਹਿ ਰਿਹਾ ਭਾਜੀ ਕਿ ਮਤਲਬ ਮੇਰੇ ਵਾਲ ਕੁੜੀਆਂ ਬਹੁਤ ਝਾਕਦੀਆਂ ਠੀਕ ਆ ਇਹ ਗੱਲ ਸੱਚ ਆ ਠੀਕ ਆ ਇੰਟਰਨੈਟ ਤੇ ਵੀ ਤੁਸੀਂ ਦੇਖਿਆ ਹੋਊਗਾ ਕਿ ਆਵਾਜ਼ ਨਾਲ ਕੁੜੀਆਂ ਦੀ ਜਾਨ ਠੀਕ ਆ ਕੁੜੀਆਂ ਦੀ ਜਾਨ ਬਣਿਆ ਫਿਰਦਾ ਬੰਦਾ ਠੀਕ ਆ ਤੇ ਭਾਜੀ ਕਹਿੰਦਾ ਕਿ ਹਾਂ ਮੈਂ ਬਸ ਇੱਕ ਦਾ ਹੀ ਫੈਨ ਆ ਠੀਕ ਆ ਤੇ ਮੈਂ ਇੱਕ ਨਾਲ ਸਾਥ ਨਿਭਾਉਂਦਾ ਪਿਆ ਠੀਕ ਆ ਇੱਕ ਕੁੜੀ ਆ ਮੇਰੀ ਜ਼ਿੰਦਗੀ ਜਿਹੜੀ ਮੇਰੇ ਲਈ ਸਭ ਕੁਛ ਆ
ਮੈਂ ਉਹਦੇ ਲਈ ਸਭ ਕੁਛ ਲਿਆ ਕੇ ਦਿੰਦਾ ਵਾ, ਠੀਕ ਆ। ਅਤੇ ਕੁੜੀਆਂ ਬਹੁਤ ਝਾਕਦੀਆਂ, ਮੈਂ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਅਤੇ ਕੁੜੀਆਂ ਟੁੱਲੀ ਫਿਰਦੀਆਂ, ਜੇ ਜਿਹਨਾਂ ਵੱਲ ਇੱਕ ਪਾਸੇ ਵੀ ਮੈਂ ਨਿਕਲ ਜਾਵਾਂ, ਮਤਲਬ ਇੱਕ ਗੇੜਾ ਵੀ ਮੈਂ ਨਿਕਲ ਜਾਵਾਂ ਕੱਢ, ਤਾਂ ਦੋ ਵਾਰ ਉਹ ਹੋ ਜਾਂਦੀਆਂ, ਠੀਕ ਹੈ। ਕਿਆ ਬਾਤ ਹੈ, ਵਾਰੀ ਜ਼ੋਰ ਲਾ ਲਈ ਛੱਤੀਆਂ, ਉਹ ਕੁੜੀ ਚੱਟ ਦੀ ਫਰਹਿ ਗਰਹਿ ਸਕੂਰ ਤੋਂ ਪਛਾਣੇ, ਅਸੀਂ ਆਸ ਕਿਸ ਨਵੇਂ ਨੀ ਸ਼ਿਕਾਰੀਆਂ ਪੁਰਾਣੇ, ਗੜ ਸੁੱਕਦਾ ਕਹਿੰਦੀ ਤੂੰ ਜਦੋਂ ਸੁਪਨੇ ਚ ਆਵੇਂ, ਲੱਡੀ ਉਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਰਾਣੇ। ਮੈਂ ਯਾਰ ਕਿਆ ਬਾਤ ਹੈ, ਇੱਕ ਵਾਰ ਹੋਰ ਸੁਣਾ। ਰਹਿ ਸਕੂਰ ਤੋਂ ਪਛਾਣੇ, ਅਸੀਂ ਆਸ ਕਿਸ ਨਵੇਂ ਨੀ ਸ਼ਿਕਾਰੀਆਂ ਪੁਰਾਣੇ, ਗੜ ਸੁੱਕਦਾ ਕਹਿੰਦੀ ਤੂੰ ਜਦੋਂ ਸੁਪਨੇ ਚ ਆਵੇਂ, ਲੱਡੀ ਉਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਰਾਣੇ। ਮੈਂ ਕਿਹਾ ਚੱਲ ਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ, ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ, ਤੈਨੂੰ ਸੋਹਣੀਏ ਰਕਾਨੇ ਕਰਾਂ ਹੱਥਾਂ ਚੀਮੇ ਮਿੱਤਰਾਂ ਦੇ ਕੋਠੇ। ਇਹ ਮੇਰੇ ਖਿਆਲ ਨਾਲ ਰਿਪਲਾਈ ਹੈਗਾ ਆ ਜਾਂ ਫਿਰ ਨਹੀਂ ਆ, ਕੁਛ ਕਨਫਰਮ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਠੀਕ ਆ। ਤੇ ਇੱਕ ਗੱਲ ਹੋਰ ਆ ਕਿ ਚੀਮੇ ਬਾਈ ਦੀ ਐਲਬਮ ਆਈ ਸੀਗੀ ਗੁਰਸਿੱਧੂ ਨਾਲ, ਉਹਦੇ ਵਿੱਚ ਪੋ ਕੀਤਾ ਗਿਆ ਕਰਨ ਔਜਲਾ ਨੂੰ, ਠੀਕ ਆ, ਗੁਰਸਿੱਧੂ ਵੱਲੋਂ। ਆਈ ਡੋਂਟ ਨੋ ਵਾਈ, ਕਿਉਂ, ਮਤਲਬ ਇਹਨਾਂ ਦਾ ਕੀ ਸੀਨ ਆ, ਕੁਛ ਕੀ, ਠੀਕ ਆ, ਪਤਾ ਨਹੀਂ। ਉਹਦੇ ਉੱਤੇ ਅਲੱਗ ਤੋਂ ਵੀਡੀਓ ਬਣਾਵਾਂਗੇ, ਪਰ ਮੈਨੂੰ ਲੱਗਾ ਕੁਛ ਉਦਾਂ ਦਾ ਸ਼ਾਇਦ ਕਿ ਰਿਪਲਾਈ ਉਸ ਚੀਜ਼ ਨੂੰ ਹੈਗਾ ਆ। ਕੱਚ ਚੱਲ ਦੇ ਰਕਾਨੇ ਸਿੱਕੇ ਮਿੱਤਰਾਂ ਦੇ ਕੋਠੇ, ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ, ਤੈਨੂੰ ਇੱਕ ਵਾਰ ਚੀਨੇ ਹੀ ਕਹਿੰਦਾ ਮੈਂ ਕਿ ਚੀਮੇ ਕਹਿੰਦਾ, ਰਕਾਨੇ ਸਿੱਕੇ ਮਿੱਤਰਾਂ ਦੇ ਕੋਠੇ, ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ, ਤੈਨੂੰ ਸੋਹਣੀ। ਤੁਹਾਨੂੰ ਚੀਮੇ ਸੁਣ ਰਿਹਾ ਕਿ ਚੀਨੇ ਸੁਣ ਰਿਹਾ, ਮੈਨੂੰ ਦੱਸਿਓ। ਮੈਨੂੰ ਲੱਗਦਾ ਪਿਆ ਚੀਨੇ ਵੀ ਲੱਗਦਾ ਪਿਆ, ਠੀਕ ਆ, ਚੀਮੇ ਵੀ ਲੱਗਦਾ ਪਿਆ। ਸਿੱਕੇ ਮਿੱਤਰਾਂ ਦੇ ਖੋਟੇ, ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ, ਤੈਨੂੰ ਚੀਨੇ ਹੀ ਕਹਿੰਦਾ ਪਿਆ, ਠੀਕ ਆ, ਚੀਨੇ ਸੋਹਣੀ ਇਹ ਰਕਾਨੇ ਕਰਾਂ ਹੱਥਾਂ ਨਾਲ ਸ਼ਾਮ, ਜਿਵੇਂ ਕਰਦੇ ਨੇ ਸ਼ਾਮਾਂ ਸਾਡੇ ਪਿੰਡਾਂ ਦੇ ਬਰੋਟੇ, ਤੇਰਾ ਸੌ ਤੋਂ ਪਾਰ ਪਾਰਾ ਹੋ ਗਈ ਢਿੱਲੀ ਕੁਝ ਖਾ ਕੇ, ਤੇਰੀ ਤਾਰ ਦਾ ਨਜ਼ਰ ਗਨ ਪਾਊਡਰ ਸੁਆ ਕੇ, ਇਹ ਤੋਂ ਡਰਨਾ ਰਕਾਨੇ ਦੇ, ਠੀਕ ਆ ਯਾਰ, ਕਿਆ ਬਾਤ ਹੈ, ਕਿਆ ਲਾਈਨ ਲਿਖੀ ਹੋਈ ਆ, ਕੁਝ ਖਾ ਕੇ ਤੇਰੀ ਤਾਰ ਦਾ ਨਜ਼ਰ ਗਨ। ਨਜ਼ਰ ਉਤਾਰੀ ਦੀ ਹੁੰਦੀ ਹੈ ਨਾ ਕਿ ਮਤਲਬ ਕਾਲਾ ਟਿੱਕਾ ਲਾ ਕੇ ਜਾਂ ਫਿਰ ਕਾਲੇ ਕਿਸੇ ਪਾਊਡਰ ਜੇ ਨਾਲ, ਠੀਕ ਆ, ਉਹ ਸਵਾਹ ਹੁੰਦੀ ਹੈ, ਠੀਕ ਆ, ਤੇ ਕਹਿੰਦਾ ਗਨ ਗਨ ਨਾਲ ਕਿਹਾ ਬਰੋਟੇ, ਤੇਰਾ ਸੌ ਤੋਂ ਪਾਰ ਪਾਰਾ ਹੋ ਗਈ ਢਿੱਲੀ ਕੁਝ ਖਾ ਕੇ, ਤੇਰੀ ਸੌ ਤੋਂ ਪਾਰ ਪਾਰਾ ਢਿੱਲੀ ਕੁਝ ਖਾ ਕੇ, ਠੀਕ ਆ, ਤੇਰਾ ਸੌ ਤੋਂ ਪਾਰ ਮਤਲਬ ਬੁਖਾਰ ਹੋਇਆ ਪਿਆ, ਤੇ ਤੂੰ ਕੁਛ ਮੇਰੇ ਖਿਆਲ ਨਾਲ ਪੁੱਠਾ ਸਿੱਧਾ ਖਾਧਾ ਤਾਂ ਕਰਕੇ ਤੇਰਾ ਢਿੱਲੀ ਤੇਰੀ ਸਿਹਤ ਹੋਈ, ਗਨ ਪਾਊਡਰ ਛਵਾ ਕੇ, ਠੀਕ ਆ, ਉਹ ਵੀ ਕਾਲੇ ਰੰਗ ਦਾ ਹੁੰਦਾ, ਠੀਕ ਹੈ, ਗਨ ਕਹਿੰਦਾ ਤੇਰੀ ਤਾਰ ਦਾ ਨਜ਼ਰ ਗਨ ਪਾਊਡਰ ਛਵਾ ਕੇ, ਅੱਖਾਂ ਨੂੰ ਬੈਕ ਗੰਨੇ ਦੀ ਟਰਾਲੀ ਲੱਗੇ, ਗੱਭਰੂ ਦੀ ਤੋੜ ਕੁੜੀ ਟੁੱਟੀ ਪਈ ਨੂੰ ਆਵੇ, ਇਹ ਜਨਾਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇ, ਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿੱਚ ਕੀ ਰਕਾਨੇ, ਸੱਚੀ ਬਾਰਸ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ, ਬੇਚੈਨ ਹੋ ਗਈ ਔਜਲੇ ਦੇ ਕੰਨਾਂ ਵਿੱਚ ਨੱਤੀਆਂ, ਕਰੀ ਦੀ ਨੀ ਕੇਰ ਕੁੜੇ, ਗੌੜ ਦੇ ਨੀ ਸ਼ਹਿਰ ਕੁੜੇ, ਪਿੰਡਾਂ ਹੁਣ ਬਾਰਾਂ ਬਾਰੀ ਇਕੱਠੀਆਂ, ਜ਼ੋਰ ਲਾ ਲੈ ਛੱਤੀਆਂ।
ਕਿਆ ਬਾਤ ਹੈ ਭਾਜੀ, ਬਹੁਤ ਸੋਹਣਾ ਟਰੈਕ ਆ ਯਾਰ, ਬਹੁਤ ਖਰਾ ਟਰੈਕ ਆ। ਔਜਲੇ ਵੱਲੋਂ ਇੱਕ ਮਹੀਨੇ 'ਚ ਦੋ ਗਾਣੇ, ਠੀਕ ਹੈ, ਇਹ ਉਦੋਂ ਹੋਇਆ ਸੀਗਾ ਜਦੋਂ ਔਨ ਟੌਪ ਆਇਆ ਸੀ, ਉਹ ਤਾਂ ਇੱਕੋ ਦਿਨ 'ਚ ਦੋ ਆਏ ਸੀ ਭਰਾਵਾ, ਸਿਰਾ ਹੀ ਲੱਗ ਗਿਆ ਸੀਗਾ, ਮਜ਼ਾ ਆ ਗਿਆ ਸੀ ਇੱਕ ਦਿਨ 'ਚ ਦੋ ਗਾਣੇ ਸੁੱਟੇ ਸੀਗੇ ਭਾਈ ਨੇ। ਅਤੇ ਇਹ ਮਹੀਨੇ ਵਿੱਚ ਦੂਜਾ ਗਾਣਾ, ਠੀਕ ਹੈ, ਬਹੁਤ ਸੋਹਣਾ ਗਾਣਾ ਸੀਗਾ। ਗਾਣੇ ਦਾ ਓਵਰਆਲ ਥੀਮ ਇੱਦਾਂ ਦਾ ਕੁਛ ਕਿ ਹਾਂ, ਮਤਲਬ ਮੈਂ ਫੈਨ ਇੱਕੋ ਨਾਰਦਾ, ਠੀਕ ਹੈ, ਅਤੇ ਆਪਣੀ ਇੱਕ ਹਸਲ ਲਾਈਫ ਦਿਖਾਈ ਗਈ ਹੈ, ਠੀਕ ਹੈ, ਅਤੇ ਦਿਖਾਉਂਦੇ ਕਿ ਹਾਂ ਕਈ ਕਈ ਜਣੇ ਮੈਨੂੰ ਸੁੱਟਣ ਨੂੰ ਫਿਰਦੇ ਆ, ਪਰ ਟਾਈਮ ਲੱਗੂ ਸੁੱਟਣੇ ਨੂੰ, ਇੱਦਾਂ ਨਾਮ ਨਹੀਂ ਮਿੱਟਦਾ, ਔਜਲਾ ਨਾਮ ਬਹੁਤ ਉੱਚਾ ਆ, ਠੀਕ ਹੈ, ਅਤੇ ਬਸ ਆਹੀ ਕਹਿਣਾ ਚਾਹੁੰਦਾ ਮੈਂ। ਬੰਦਾ ਬਹੁਤ ਘੈਂਟ ਆ, ਅਤੇ ਬੰਦੇ ਨੇ ਹਾਲੇ ਤੱਕ 35 ਸਾਲ ਪੁਰਾਣੀ ਸ਼ਰਟ ਸਾਂਭ ਕੇ ਰੱਖੀ ਹੈ ਯਾਰ, ਕਿਆ ਬਾਤ ਹੈ ਭਾਜੀ, ਸਲਿਊਟ ਆ ਇਸ ਚੀਜ਼ ਤੋਂ, ਦਿਲ ਤੋਂ ਬਹੁਤ ਮਜ਼ਾ ਆਇਆ ਸੁਣ ਕੇ, ਬਹੁਤ ਵਧੀਆ ਚੀਜ਼ ਆ, ਅਤੇ ਵਧੀਆ ਲੱਗਾ ਮੈਨੂੰ, ਬੰਦਾ ਬਹੁਤ ਘੈਂਟ ਲੱਗਦਾ ਯਾਰ ਇਹ, ਬਹੁਤ ਲਵ ਯੂ ਭਾਜੀ, ਲਵ ਯੂ ਸੱਚੀ, ਅਤੇ ਹੁੱਕ ਯਾਰ ਬਹੁਤ ਘੈਂਟ ਸੀਗੀ। ਸਾਰਾ ਓਵਰਆਲ ਆਪਣਾ ਇੱਕ ਲਾਈਫ ਸਟਾਈਲ ਦੱਸਿਆ ਪਿਆ, ਆਪਣੀ ਇੱਕ ਹਸਲ ਦਿਖਾਈ ਪਈ ਹੈ ਕਿ ਹਾਂ ਇੱਦਾਂ ਨਹੀਂ, ਇੱਦਾਂ ਨਹੀਂ ਦੱਬਦੇ ਯਾਰ, ਠੀਕ ਹੈ, ਜਿੱਦਾਂ ਗੋਇਨ ਔਫ 'ਚ ਸੀਗਾ, ਇੱਦਾਂ ਨਹੀਂ ਦੱਬਦੇ। ਅਤੇ ਇੱਕ ਗੱਲ ਹੋਰ ਸੀਗੀ, ਕੁੜੀਆਂ ਵਾਲੀ ਲੈਣ, ਠੀਕ ਹੈ, ਕੁੜੀਆਂ ਬਹੁਤ ਝਾਕਦੀਆਂ, ਕੁੜੀਆਂ ਬਹੁਤ ਪਿੱਛੇ ਫਿਰਦੀਆਂ, ਠੀਕ ਆ, ਆਪਾਂ ਪਰਵਾਹ ਨਹੀਂ ਕਰੀਦੀ ਬਹੁਤੀ, ਠੀਕ ਆ, ਕਿ ਹਾਂ ਬਸ ਆਹੀ ਕਹਿਣਾ ਚਾਹੁੰਦਾ, ਹੋਰ ਕੁਛ ਮੈਥੋਂ ਕਹਿ ਨਹੀਂ ਹੋਣਾ, ਠੀਕ ਹੈ, ਐਵੇਂ ਜ਼ਿਆਦਾ ਬੋਲ ਜਾਂਦਾ ਫਲੋ ਫਲੋ 'ਚ, ਠੀਕ ਹੈ, ਬਸ ਜਾ ਕੇ ਗਾਣੇ ਨੂੰ ਪਿਆਰ ਦਿਓ, ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਅਤੇ ਬੰਦੇ ਦੀ ਹਸਲ ਆ ਯਾਰ, ਹੇਟ ਨਾ ਕਰਿਆ ਕਰੋ ਇੱਦਾਂ, ਬਸ ਪਿਆਰ ਦਿਆ ਕਰੋ, ਹਰੇਕ ਆਰਟਿਸਟ ਨੂੰ ਪਿਆਰ ਦਿਓ, ਕੋਈ ਚੱਕਰ ਨਹੀਂ ਹੈ, ਠੀਕ ਆ, ਹੇਟ ਵਾਲਾ ਕੋਈ ਮਾਮਲਾ ਨਹੀਂ ਹੁੰਦਾ, ਅਤੇ ਬਸ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਵੀਡੀਓ ਬਹੁਤ ਸੋਹਣੀ ਸੀਗੀ ਯਾਰ, ਇੱਕ ਤਾਂ ਕਰਨ ਮੱਲੀ ਵੱਲੋਂ ਬਹੁਤ ਜ਼ਿਆਦਾ ਅਲੱਗ ਦੀ ਵੀਡੀਓ ਆਈ, ਠੀਕ ਹੈ, ਅਤੇ ਬੰਦਾ ਘੈਂਟ ਬਣਾਉਂਦਾ ਵੀਡੀਓ ਯਾਰ, ਹਰੇਕ ਵੀਡੀਓ ਔਜਲੇ ਜਿੰਨੀਆਂ ਦੇਖੀਆਂ ਹੋਣਗੇ ਤੁਸੀਂ, ਬਹੁਤ ਘੈਂਟ ਵੀਡੀਓ ਸ਼ਾਰਟ ਹੁੰਦੀ, ਜਿੱਦਾਂ WYTV ਦੇਖ ਲਓ, ਔਨ ਟੌਪ ਦੀ ਵੀਡੀਓ ਦੇਖ ਲਓ, ਠੀਕ ਆ, ਬਹੁਤ ਸੋਹਣੀਆਂ ਸ਼ਾਰਟ ਕੀਤੀਆਂ ਹੋਈਆਂ, ਬਹੁਤ ਵਧੀਆ ਲੱਗ ਰਹੀਆਂ, ਅਤੇ ਇਹ ਅਲੱਗ ਹੀ ਬਣਾਈ ਪਈ ਆ ਕੁਛ, ਠੀਕ ਆ, ਬਹੁਤ ਵਧੀਆ ਲੱਗੀ ਵੀਡੀਓ, ਅਤੇ ਬਸ ਜਾ ਕੇ ਪਿਆਰ ਦਿਓ ਜਿੰਨਾ ਜ਼ਿਆਦਾ ਹੋ ਸਕੇ। ਮੁਰਸੀ ਦਾ ਮਿਊਜ਼ਿਕ ਬਹੁਤ ਸੋਹਣਾ ਸੀਗਾ, ਮਿਕਸ ਮਾਸਟਰ ਬਹੁਤ ਵਧੀਆ ਹੋਇਆ ਪਿਆ, ਅਤੇ ਵਧੀਆ ਲੱਗ ਰਿਹਾ ਯਾਰ ਸੁਣਨ ਨੂੰ, ਸਵਾਦ ਜਾ ਰਿਹਾ, ਇੱਕ ਫਰੈਸ਼ ਜੀ ਕੰਪੋਜੀਸ਼ਨ, ਅਤੇ ਵਧੀਆ ਲੱਗਦੀ ਵੀ, ਬਸ ਮੈਨੂੰ ਇੱਕ ਹੁੱਕ ਵਾਲਾ ਪਾਰਟ ਨਾ ਜਿਹੜਾ ਕਿ ਇੱਕ ਜਿਹੜੀ ਆਉਂਦੀ ਪਈ ਹੈ, ਠੀਕ ਆ, ਵਧੀਆ ਲੱਗਦੀ ਵੀ, ਉਹ ਇੱਕ ਸਰੂਰ ਜੇ 'ਚ ਕਹਿ ਸਕਦੇ। ਇਹ ਕੋਨਫੀਡੈਂਸ ਬੜਾ ਵਧੀਆ, ਠੀਕ ਹੈ, ਕਿ ਟਾਈਮ ਲੱਗੂ ਸਿੱਟਣੇ ਨੂੰ, ਇੱਦਾਂ ਨਹੀਂ ਸਿੱਟ ਹੁੰਦਾ, ਠੀਕ ਹੈ ਯਾਰ, ਗੱਲਾਂ ਗੱਲਾਂ ਹੀ ਕਰਦੇ ਆ ਲੋਕ, ਬਸ ਗੱਲਾਂ ਗੱਲਾਂ ਜੋਗੇ ਰਹਿ ਜਾਂਦੇ ਆ, ਅਤੇ ਹੋਰ ਕੁਛ ਇਹਨਾਂ ਕੋਲੋਂ ਹੁੰਦਾ ਨਹੀਂ ਆ, ਬਸ ਗੱਲਾਂ ਜੋਗੇ ਹੁੰਦੇ ਆ, ਠੀਕ ਆ, ਇਹ ਗੱਲ ਬੰਦੇ ਨੇ ਕੋਨਫੀਡੈਂਸ ਨਾਲ ਕਹੀ ਆ, ਅਤੇ ਬੰਦੇ ਨੇ ਦੁਨੀਆਂ ਦੇਖੀ ਆ, ਬਸ ਹੋਰ ਕੁਛ ਨਹੀਂ ਕਹਿਣਾ ਚਾਹੂੰਗਾ। ਹੇਟ ਨਾ ਕਰਿਆ ਕਰੋ, ਪਿਆਰ ਦਿਆ ਕਰੋ, ਜਿੰਨਾ ਜ਼ਿਆਦਾ ਹੋ ਸਕੇ ਗਾਣੇ ਨੂੰ ਜਾ ਕੇ ਲਾਈਕ ਕਮੈਂਟ ਸ਼ੇਅਰ ਕਰੋ, ਅਤੇ ਵਧੀਆ ਜੋ ਵੀ ਤੁਹਾਡੀ ਫੇਵਰੇਟ ਲਾਈਨ ਹੋਊਗੀ ਕਮੈਂਟ ਡਾਊਨ ਕਰ ਦਿਓ ਇੱਧਰ ਵੀ, ਠੀਕ ਹੈ, ਅਤੇ ਕਮੈਂਟਾਂ ਵਿੱਚ ਔਜਲਾ ਔਜਲਾ ਹੋ ਜਾਵੇ, ਬਾਕੀ ਹੋਰ ਕੁਛ ਨਹੀਂ, ਮਿਲਦੇ ਨੈਕਸਟ ਵੀਡੀਓ 'ਚ, ਤਕਲੀਫ, ਬਾਏ ਬਾਏ, ਟੇਕ ਕੇਅਰ ਐਂਡ ਥੈਂਕ ਯੂ ਫੋਰ ਵਾਚਿੰਗ।